सबना नू प्यार ते सत्कार सहित सत श्री अकाल तुहाडा सबना दा निघा स्वागत। अपने लोग अपने ही होंदे है, खास करके पराई धरत ते उह होर भी अपने लगदे है। हालांकि अजकल लोगों के मनां च कठोरता वधी है ते वध भी रही है, पर अज भी किते ना किते कुछ चंगियाई दियां चिणकां बचियां होईयां ने। ते कई बार तुहाडी धारणा कुछ होर होंदी है अते असलियत कुछ होर होंदी है, ते उस रात भी कुछ अजिहा ही होया सी। ਇਹ ਕੁੜੀ ਇੱਥੇ ਇਕੱਲੀ ਜੀ ਕਿਉਂ ਬੈਠੀ ਆ? ਚੱਲ ਪੁੱਛਦਾ ਜਾ ਕੇ। ਬੀਬਾ ਕੀ ਹੋਇਆ, ਤੂੰ ਰੋ ਕਿਉਂ ਰਹੀ ਆ? ਨਹੀਂ ਤੂੰ ਘਬਰਾ ਨਾ, ਜੇ ਕੋਈ ਗੱਲ ਆ ਤਾਂ ਦੱਸ ਮੈਨੂੰ। ਨਹੀਂ। ਓਹੋ, ਤੂੰ ਡਰਦੀ ਕਿਉਂ ਆ? ਦੱਸ ਮੈਨੂੰ ਕੀ ਗੱਲ ਹੋਈ। ਪਹਿਲੇ ਦਿਨ ਸ਼ਿਫਟ ਸੀ, ਮੇਰੀ ਬੱਸ ਵੀ ਮਿਸ ਹੋ ਗਈ ਤੇ ਮੇਰਾ ਫੋਨ ਵੀ ਬੰਦ ਆ। ਮੈਨੂੰ ਨਹੀਂ ਪਤਾ ਮੈਂ ਘਰੇ ਕਿੱਦਾਂ ਜਾਣਾ। ਚੱਲ ਏਡੀ ਕਿਹੜੀ ਗੱਲ ਹੈ, ਆ ਜਾ ਤੈਨੂੰ ਮੈਂ ਛੱਡ ਦਿੰਦਾ। ਨਹੀਂ, ਇਟਸ ਓਕੇ। ਓਹੋ, ਤੂੰ ਡਰਦੀ ਕਿਉਂ ਆ? ਪਰੇਸ਼ਾਨ ਨਾ ਹੋ, ਆ ਜਾ ਚੱਲੀਏ। ਨਹੀਂ, ਇਟਸ ਓਕੇ। ਤੂੰ ਡਰਨਾ, ਭਰੋਸਾ ਰੱਖ। ਨਹੀਂ ਨਹੀਂ ਨਹੀਂ, ਕੋਈ ਨਾ। ਚੱਲ ਠੀਕ ਹੈ, ਮੈਂ ਤੇਰੇ ਲਈ ਫਿਰ ਉਬਰ ਬੁੱਕ ਕਰਾ ਦਿੰਦਾ। ਐਡਰੈਸ ਦੱਸ ਮੈਨੂੰ ਫਿਰ। 3874 Forest Bluff Crescent। ਲੈ ਦੱਸ, ਹੁਣ ਆ ਜਾਂਦੀ ਉਬਰ ਬੱਸ 5 ਮਿੰਟ 'ਚ। ਸਾਲੇ ਦੇਖਦੇ ਹਾਂ ਯਾਰ, ਆਪਾਂ ਗੋਰੇ ਕਿਵੇਂ ਰਹਿੰਦੇ ਇੱਥੇ, ਹੈ ਨਾ। ਹਾਉ ਟੂ ਲਿਵ ਸਟਾਈਲ ਇਨ ਕਨੇਡਾ। Wake up early, meditation, ਧਿਆਨ ਲਾਉਣਾ। Okay. Drinking water, ਉਹ ਪਾਣੀ ਤਾਂ ਬਹੁਤ ਪੀਂਦਾ ਮੈਂ ਯਾਰ। Go to bed, ਬਸ ਸੌਖਾ ਹੀ ਹੈ ਯਾਰ ਕੰਮ ਤਾਂ। ਚੱਲ 5 ਵਜੇ ਤੱਕ ਅਲਾਰਮ ਲਾ ਲੈਂਦਾ ਫਿਰ, ਹੈ ਨਾ। ਕੱਲ੍ਹ ਨੂੰ ਦੇਖੀ ਤੇਰਾ ਬਾਈ ਕਰਦਾ, ਇਹ ਤਾਂ ਸਾਡੇ ਡੰਗਰ ਹੈ, ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੂੰ, ਮੈਂ ਰਹਿ ਕੇ ਦਿਖਾਉਂਦਾ। ਸੌ ਜਾ ਸਨੀ, ਕੱਲ ਨੂੰ ਛੇਤੀ ਉੱਠਣਾ। Release all the tension from your body. Take a deep breath, noticing how it feels. Give your body permission to release all the tension. Sending love in all those areas. Love you, love you. Thank your body for taking such good care of you. Let it know it is okay to rest. Relax, relax, relax. ਬਹੁਤ ਆ ਯਾਰ, ਇਹ ਤਾਂ ਭੈਣ ਨੂੰ ਨੀਂਦ ਆਉਣ ਲੱਗ ਗਈ ਦੁਆਰੇ। ਸਾਲਾ ਟਾਈਮ ਹੀ ਬਹੁਤ ਹੋ ਗਿਆ। ਹਾਂ ਵੀ ਅਮਨ, ਠੀਕ ਆ? ਹਾਂਜੀ ਹਾਂਜੀ ਵੀਰੇ। ਹਾਂ ਵੀ ਮੁੰਡਿਆ, ਫੋਟੋਆਂ ਬੜੀਆਂ ਚੱਕਵੀਆਂ ਹੋ ਜਾਂਦੀਆਂ ਤੇਰੀਆਂ। ਬਸ ਵੀਰੇ, ਕੱਲ ਗਏ ਸੀਗੇ ਘੁੰਮਣ, ਤਾਂ ਖਿਚਾ ਲਈਆਂ। ਅੱਛਾ, ਘੁੰਮਣਾ ਫਿਰਨਾ ਤਾਂ ਤੇਰਾ ਠੀਕ ਆ, ਪਰ ਪਿੱਛੇ ਪੈਸੇ ਵੀ ਮੋੜ ਦਿੰਦੇ, ਉਹਦਾ ਵੀ ਖਿਆਲ ਰੱਖਿਆ ਕਰੋ। ਹਾਂਜੀ ਵੀਰੇ, ਕਰਦੇ ਆ ਬਸ ਹੁਣ। ਨਹੀਂ ਕਰਦੇ ਕਰਦੇ ਕੀ ਆ, ਚਾਰ ਦਿਨ ਹੋ ਗਏ ਤੇਰੇ ਬਾਬੂ ਨੂੰ ਫੋਨ ਕਰਦੇ ਨੂੰ ਮੈਨੂੰ, ਨਾ ਉਹ ਮੇਰਾ ਫੋਨ ਚੱਕਦਾ। ਜਦੋਂ ਪੈਸੇ ਲੈਣੇ ਸੀ ਉਦੋਂ ਤੁਹਾਡਾ ਹਿਸਾਬ ਹੋਰ ਸੀ, ਹੁਣ ਕੋਈ ਹੋਰ ਹੋ ਗਿਆ। ਬਸ ਵੀਰੇ, ਮੈਨੂੰ ਕੰਮ ਮਿਲ ਜੇ ਸਭ ਤੋਂ ਪਹਿਲਾਂ ਤੁਹਾਡੇ ਹੀ ਮੋੜਾਂਗੇ। ਮੋੜਦੇ ਪਤਾ ਨਹੀਂ ਤੁਸੀਂ ਕਦੋਂ ਆ, 20 ਦਿਨ ਹੋ ਗਏ ਤੈਨੂੰ ਗਏ ਨੂੰ ਇੱਥੇ। ਕੰਮ ਕੁੰਮ ਲੱਭ ਲਾ, ਘੁੰਮ ਘੰਮ ਫੇਰ ਲਈ। ਹਾਂਜੀ ਵੀਰੇ, ਮੈਂ ਲੱਭ ਰਿਹਾ ਤੇ ਮੈਂ ਘਰੇ ਵੀ ਕਰਦਾ ਗੱਲ। ਨਾ ਜੇ ਆੜਤੀ ਤੋਂ ਲੈ ਆਉਂਦੇ ਨਾ, ਫੇਰ ਪਤਾ ਲੱਗਦਾ ਤੁਹਾਨੂੰ, ਨਾਲੇ ਕਿਵੇਂ ਮੂਲ ਨਾਲ ਵਿਆਜ ਮੋੜੀ ਦਾ ਉਹ ਵੀ ਪਤਾ ਲੱਗਦਾ। ਕੋਈ ਨਾ ਵੀਰੇ, ਜਿੰਨੀ ਜਲਦੀ ਹੋ ਸਕਦਾ ਮੈਂ ਕਰਦਾ।
ਚੱਲ ਠੀਕ ਆ, ਆਪਣੇ ਬਾਪੂ ਨੂੰ ਕਹੀ ਨਾਲੇ ਮੈਨੂੰ ਫੋਨ ਕਰੇ। ਹਾਂਜੀ ਵੀਰੇ ਠੀਕ ਆ, ਕੋਈ ਨੀ। ਕੀ ਹੋਇਆ ਮਨ, ਠੀਕ ਆ ਸਭ? ਯਾਰ ਤੈਨੂੰ ਦੱਸਿਆ ਤਾਂ ਸੀਤਾ ਇਹ ਹੁਣ ਦਾ ਸਿਸਟਮ, ਮੈਂ ਸੋਚਦਾ ਜਿਹੜਾ 2000 GAC ਵਾਲਾ ਆਇਆ ਨਾ ਉਹ ਘਰੇ ਭੇਜਦਾ। ਪਾਗਲਾਂ ਤੂੰ, ਨਾ ਅਜੇ ਤਾਂ ਕੋਈ ਸ਼ਿਫਟ ਮਿਲੀ ਹੈ, ਜੇ ਉਹ ਵੀ 2000 ਭੇਜਦਾ ਫਿਰ ਇੱਥੇ ਕਿਵੇਂ ਸਾਰੇਗਾ, ਰੈਂਟ ਵੀ ਦੇਣਾ, ਗਰੋਸਰੀ ਸਾਰਾ ਕੁਝ। ਯਾਰ ਕਿੰਨੇ ਦਿਨ ਤਾਂ ਹੋ ਗਏ ਸ਼ਿਫਟਾਂ ਲੱਭਦਿਆਂ ਨੂੰ, ਨਾ ਕੋਈ ਸਿੰਥੇ ਕੰਮ ਦਿੰਦਾ ਨਾ ਕੈਸ਼ 'ਤੇ, ਅਤੇ ਜੇ ਕਿਤੇ ਕੰਮ ਮਿਲਦਾ ਵੀ ਹੈ ਉੱਥੇ ਕੋਲੇ ਦਾ ਸਕੈਜੂਲ ਪੰਗਾ ਪਾ ਦਿੰਦਾ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ, ਹੁਣ ਤਿਆਰ ਹੋ, ਚੱਲ ਆਪਾਂ ਚੱਲਦੇ ਹਾਂ ਕਾਲਜ ਅਤੇ ਆਉਂਦੇ ਹੋਏ ਏਜੰਸੀਆਂ 'ਚ ਹੋ ਕੇ ਆਵਾਂਗੇ। ਯਾਰ ਪ੍ਰਭ ਕੰਮ ਲੱਭ ਲੈ, ਇੱਦਾਂ ਤਾਂ ਬੜਾ ਔਖਾ ਹੋਣਾ ਯਾਰ। ਹਾਂ ਕੋਈ ਨਾ, ਕੋਈ ਨਾ, ਕਰਦੇ ਹਾਂ ਆਪਾਂ ਹੱਲ ਇਹਦਾ। Now it's funny time. Yo, 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 yo. ਭੈਣ ਦੀ, ਇੰਨਾ ਪਾਣੀ ਚੱਕਣਾ ਪੀ ਲਿਆ ਮੈਂ। ਆ ਵੀ ਹੋ ਗਿਆ, ਆ ਵੀ ਹੋ ਗਿਆ। ਚਲੋ ਹੁਣ ਹੈਲਥੀ ਡਾਇਟ ਖਾਂਦੇ ਹਾਂ। ਉਹ ਪ੍ਰਭ, ਪਰੌਂਠਾ ਬਣਾ ਲਿਆ ਤੇਰੇ ਬਾਈ ਨੇ, ਉਸਤਾਦ ਹੋ ਗਿਆ, ਆ ਦੇਖ। ਆ ਜਾ ਖਾ ਲਿਆ ਤੂੰ ਵੀ, ਉਹ ਆ ਜਾ ਤੇਰੇ ਲਈ ਵੀ ਬਣਾਇਆ ਮੈਂ, ਆ ਜਾ ਬੜੇ ਸਵਾਦ ਹੈ। ਉਹ ਆ ਕਿੱਥੋਂ ਬੋਲ ਪਈ, ਉਹ ਆ ਕੀ ਹੋ ਗਿਆ, ਆ ਕੀ ਆ, ਤੂੰ ਭੈਣ ਚੋਂ ਕਰ ਕੇ ਦਿੱਤਾ ਯਾਰ, ਪੰਗਾ ਪੈ ਗਿਆ ਭੈਣ ਨੂੰ। ਓਏ ਅੱਗ ਲੱਗ ਗਈ, ਓਏ ਅੱਗ ਲੱਗ ਗਈ, ਓਏ ਅੱਗ ਲੱਗ ਗਈ, ਓ ਭੱਜ ਲੋ ਅੱਗ ਲੱਗ ਗਈ, ਉਹ ਬਾਹਰ ਭੱਜ ਜਾਓ। ਅਮਨ ਜੀ ਬੰਦ ਨਹੀਂ ਹੁੰਦਾ, ਪੱਟ ਦੇ ਸਾਲੇ ਨੂੰ। ਹਾਂ ਖਾ ਲੇ ਪਰੌਠੇ, ਖਾਣੇ ਨੀ ਤੇ, ਭੁੱਖ ਲੱਗੀ ਵੀ ਤੀ, ਖਾ ਲੇ ਬਣਾ ਕੇ, ਤੇ ਫਿਰ ਆਪਦੇ ਫੁੱਫੜ ਨੂੰ ਮੇਰੇ ਮੂੰਹ ਕਾਹਨੀ ਲੈ ਗਿਆ। ਮੈਂ ਤੈਨੂੰ ਪੁੱਛਣ ਆਇਆ ਤਾ, ਗਲਤੀ ਇਹਦੀ ਆ, ਪਾਣੀ ਸਾਲੇ ਨੇ ਇਹਨਾਂ ਪਾਇਆ। ਮੈਂ ਪਾਣੀ ਕਿਆ ਪਾਇਆ, ਉਹ ਤੋਂ ਪਹਿਲਾਂ ਅੱਗ ਲੱਗ ਗਈ ਸੀ, ਉਹ ਕਹਿੰਦਾ ਫਾਇਰ ਫਾਇਰ, ਮੈਂ ਤਾਂ ਸੁੱਟਿਆ। ਤੂੰ ਫਾਇਰ ਬ੍ਰਿਗੇਡ 'ਚ ਲੱਗਾ ਉੱਥੇ, ਤੂੰ ਤਾਂ ਬੈਠਾ ਰਿਹਾ ਉੱਥੇ, ਤੂੰ ਹੈਗਾ ਡੰਗਰ, ਪਲੱਸ 2 ਦੇ ਬਾਅਦ ਆਈਲੈਟਸ ਕਰਕੇ ਆ ਜਾਂਦੇ ਸਾਲੇ, ਤੈਨੂੰ ਪਤਾ ਨਹੀਂ। ਬਹਿ ਜਾ ਬਹਿ ਜਾ, ਤੂੰ ਢਾਬੇ 'ਚ ਲੱਗਿਆ, ਹਰੇਕ ਨੂੰ ਕਰਕੇ ਲੈ, ਫੜ ਲਓ ਪਰੌਂਠੇ, ਮੈਂ ਪੁੱਛਣ ਗਿਆ, ਰੁਕਣ ਲੱਗ ਗਿਆ ਤੂੰ ਸਾਲੇ, ਤੈਨੂੰ ਮੈਂ ਇੱਕ ਪੁੱਛਣਾ ਵਾ, ਸਾਲੇ ਤੂੰ ਮੇਰੇ ਤੇ ਚੜੀ ਜਾਂਦਾ, ਗਲਤੀ ਤਾਂ ਇਹਦੀ ਹੈ। ਮੈਂ ਤਾਂ ਬੁਝਾਉਣ ਲੱਗਿਆ ਸੀ, ਅੱਗ ਤਾਂ ਇਹਨੇ ਲਈ, ਫਾਇਰ ਫਾਇਰ ਤਾਂ ਇਹਨੇ ਕਰਾਈ। ਆਂਟੀ ਨੇ ਹੁਣ ਬੰਦ ਕਰਤਾ ਆ। ਆਂਟੀ ਪਤਾ ਨਹੀਂ, ਪਤਾ ਨਹੀਂ ਯਾਰ, ਆਪ ਹੀ ਗੱਲ ਕਰਿਓ, ਖਾ ਲਓ ਹੁਣ ਗਲਾਂ ਤੋਂ। ਚੱਲ ਰੋਮੀ ਵੀ ਹੁਣ ਉੱਥੇ ਗਿਆ ਹੋਇਆ, ਚਲੋ ਚੱਲੀਏ ਹੁਣ, ਕਾਲੇ ਵੀ ਜਾਣਾ ਬੰਦ ਹੋ ਗਿਆ ਹੁਣ, ਚੱਲ ਹੁਣ ਤਿਆਰ ਹੋ ਚੱਲੀਏ। ਪਤਾ ਨਹੀਂ ਰੱਬ ਨੇ ਕਿਹੜੇ ਡੰਗਰਾਂ ਨਾਲ ਬਸਾਤਾ। ਚੱਲ ਆ ਜਾ, ਬਕਵਾਸ ਘੱਟ ਕਰ, ਹੁਣ ਅੱਗੇ ਲੇਟ ਹੋ ਗਏ ਆਪਾਂ। ਆਹੋ ਹੁਣ ਕਾਲਜ ਨੂੰ ਚੱਲਦੇ ਆ। ਹੈਲੋ ਹੈਲੋ, ਹਾਂਜੀ ਹਾਂਜੀ ਬਾਈ, ਕੀ ਹਾਲ ਆ? ਵਧੀਆ ਬਾਈ, ਤੁਸੀਂ ਕੌਣ? ਬਾਈ ਮੈਂ ਰੋਮੀ ਬੋਲਦਾ, ਆਪਾਂ ਇੱਕੋ ਕਲਾਸ 'ਚ। ਓ ਹਾਂ ਹਾਂ ਹਾਂ, ਦੱਸ ਬਾਈ ਕੀ ਹਾਲ ਨੇ? ਵਧੀਆ ਵਧੀਆ ਬਾਈ, ਬਾਈ ਉਹ ਵੀਨ ਬਾਈ ਨੇ ਨੰਬਰ ਦਿੱਤਾ ਸੀ। ਹਾਂ ਹਾਂ ਦੱਸ, ਜੇ ਤੁਹਾਡੇ ਲਿੰਕ 'ਚ ਕੋਈ ਕੰਮ ਹੋਊ ਤਾਂ ਜ਼ਰੂਰ ਦੱਸਿਓ। ਮੈਂ ਯਾਰ ਹਲੇ ਬਾਹਰ ਆਇਆ ਹੋਇਆ ਸੀਗਾ, ਮੈਂ ਕਾਲਜ ਜਾ ਕੇ ਗੱਲ ਕਰਦਾ ਤੇਰੇ ਨਾਲ। ਅੱਛਾ ਤੁਸੀਂ ਕਲਾਸ 'ਚ ਨਹੀਂ ਹੋ? ਨਹੀਂ ਯਾਰ, ਮੈਂ ਉਰੇ ਆਇਆ ਹੋਇਆ ਸੀਗਾ SSC ਇਮੀਗ੍ਰੇਸ਼ਨ ਵਾਲਿਆਂ ਦੇ, ਮੈਂ ਕਾਲਜ ਜਾ ਚੇਂਜ ਕਰਾਇਆ ਸੀਗਾ ਤਾਂ ਕਰਕੇ ਆਇਆ ਸੀ ਮੈਂ ਉਰੇ। ਓਕੇ ਓਕੇ ਠੀਕ ਆ ਬਾਈ, ਕੋਈ ਨਹੀਂ ਮੈਂ ਨਿਕਲਦਾ 20 ਮਿੰਟ ਤਾਈ। ਓਕੇ 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 ਬਾਈ ਓਕੇ। ਰੁਪਿੰਦਰ ਹਾਈ, ਹੈਲੋ ਹਾਈ, ਕਿਵੇਂ ਹੋ? ਵਧੀਆ, ਤੁਸੀਂ ਦੱਸੋ? ਤੁਸੀਂ ਲੇਟ ਹੋ ਗਏ ਨਹੀਂ ਕਲਾਸ 'ਚ? ਮੈਂ ਅੱਜ ਐਕਚੁਅਲੀ ਘਰੇ ਤੁਰਦੀ ਲੇਟ ਹੋ ਗਈ। ਅੱਛਾ ਅੱਛਾ, ਕਿੱਧਰ ਚੱਲੇ? ਹੁਣ ਮੈਂ ਕਲਾਸ ਲਗਾਉਣ। ਪਰ ਕਲਾਸ ਤਾਂ ਮੁੱਕ ਗਈ ਕਦੋਂ ਦੀ? ਨਹੀਂ ਆਈ ਥਿੰਕ ਅਜੇ ਅਟੈਂਡੈਂਸ ਤਾਂ ਪਈ ਹੋਏਗੀ। ਨਹੀਂ ਪਰ ਅਟੈਂਡੈਂਸ ਤਾਂ ਲਗਾਤੀ ਸਰ ਨੇ ਕਦੋਂ ਦੀ। ਓਹੋ, ਆਪਾਂ ਕੌਫੀ ਪੀਣ ਚੱਲਦੇ ਹਾਂ। ਓਕੇ ਚਲੋ ਚਲੋ। ਯਾਰ ਤੁਸੀਂ ਗਰੁੱਪ ਅਸਾਈਨਮੈਂਟ ਕਰ ਲਈ ਕਵਰ? ਹਾਂਜੀ ਬਸ ਥੋੜ੍ਹੀ ਜਿਹੀ ਰਹਿ ਗਈ। ਯਾਰ ਪੂਰੀ ਨਹੀਂ ਹੋ ਰਹੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ, ਹਿਸਾਬ ਜਿਹਾ ਨਹੀਂ ਲੱਗ ਰਿਹਾ। ਚਲੀਏ ਆਪਾਂ ਬ੍ਰੇਕ 'ਤੇ। ਉਹ ਆ ਦੇਖ, ਤੇਰੇ ਭਰਾ ਨੇ ਸਿਰਾ ਕਰਾਇਆ ਪਿਆ। ਯਾਰ ਅਮਨਮੀਤ ਇਕੱਲੀ ਇਕੱਲੀ ਨਹੀਂ ਰਹਿੰਦੀ,
ਉਹ ਨਾ ਨਾ ਕੀ ਪਤਾ ਆਪਾਂ ਨੂੰ ਕੀ ਪਤਾ ਕੀ ਸੀਨ ਚੱਕਰ ਆ ਕੀ ਚੱਕਰ ਹੋਊ ਕੁੜੀਆਂ ਦੇ ਸੌ ਰੌਲੇ ਹੁੰਦੇ ਆ ਦੱਸ ਆਪਾਂ ਨੂੰ ਕੀ ਕਹਿ ਸਕਦੇ ਹਾਂ ਮੁੰਡੇ ਮੁੰਡੇ ਵਾਲੇ ਚੱਕਰ ਲੱਗਦੇ ਮੈਨੂੰ ਤਾਂ ਬਾਕੀ ਪਤਾ ਨਹੀਂ ਬਾਈ ਤੂੰ ਬਾਹਲਾ ਇੰਟਰਸਟ ਦਿਖਾ ਰਿਹਾ ਕੀ ਸੀਨ ਆ ਉਹ ਭਰਾਵਾ ਤੂੰ ਨਹੀਂ ਉਸ ਦਿਨ ਗਗਨ ਦਾ ਪੁੱਛਦਾ ਸੀ ਉਹ ਨਹੀਂ ਨਹੀਂ ਗਗਨ ਤਾਂ ਬੜੀ ਵਧੀਆ ਕੁੜੀ ਆ ਆਹੋ ਫਿਰ ਇਹ ਮਾੜੀ ਆ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਕਹਿ ਰਿਹਾ ਉਹ ਵਧੀਆ ਯਾਰ ਕੰਮ ਕੁੰਮ ਕਰਾ ਦਿੰਦੀ ਨਾ ਛੱਡ ਆਇਆ ਚਲੀ ਆਪਾਂ ਬ੍ਰੇਕ ਤੇ ਉਹ ਸਣੀ ਆ ਜਾ ਚੱਲੀਏ ਆ ਗਿਆ ਆ ਗਿਆ ਤੁਸੀਂ ਵੀ ਲੇਟ ਹੋ ਗਏ ਸੀ ਅੱਜ ਨਹੀਂ ਯਾਰ ਮੈਂ ਤੇ 5 ਵਜੇ ਦਾ ਉੱਠਿਆ ਪਹਿਲਾਂ ਮੈਂ ਸੇਲਿਆਂ ਚਲ ਗਿਆ ਤੇ ਫਿਰ ਮੈਂ ਬੈਂਕ ਦਾ ਕੰਮ ਕਰਨ ਉੱਧਰ ਚਲ ਗਿਆ ਅੱਛਾ ਫਿਰ ਉਹ ਕਹਿੰਦੇ ਤੁਹਾਡਾ ਨਾਮ ਮੈਚ ਕਰਦਾ ਤੇ ਉਹਨਾਂ ਕ੍ਰੈਡਿਟ ਕਾਰਡ ਦਿੱਤਾ ਇੱਥੇ ਵੀ ਇੰਡੀਆ ਵਾਲਾ ਆ ਗਿਆ ਉਹ ਯਾਰ ਬਿਕਾਜ਼ ਇਹੀ ਪ੍ਰੋਬਲਮ ਨਾ ਮੇਰੀ ਫਰੈਂਡ ਨੂੰ ਵੀ ਆਈ ਸੀ ਤਾਂ ਹੀ ਉਹਨੇ ਮੈਨੂੰ ਅਵੇਅਰ ਕੀਤਾ ਸੀ ਕਿ ਜਦੋਂ ਇੰਡੀਆ ਤੋਂ ਆਏਂਗੀ ਆਪਣੇ ਡਾਕੂਮੈਂਟਸ ਵਿੱਚ ਆਪਣਾ ਸਰਨੇਮ ਐਡ ਆਨ ਕਰਵਾ ਕੇ ਆਈ ਮੈਨੂੰ ਪਤਾ ਨਹੀਂ ਸੀ ਹਾਂ ਸੱਚ ਰੋਮੀ ਤੁਹਾਨੂੰ ਇੱਥੇ ਕਿਸੇ ਕੰਮ ਦਾ ਪਤਾ ਹਾਂ ਮੇਰੇ ਕੋਲ ਕਾਫੀ ਏਜੰਸੀ ਦੇ ਨੰਬਰ ਹੈਗੇ ਆ ਮੈਂ ਤੁਹਾਨੂੰ ਭੇਜ ਦਾਂਗਾ ਤੁਸੀਂ ਆਪਣਾ ਨੰਬਰ ਦੇ ਦਿਓ ਐਡ ਕਰ ਦਿਓ ਇੱਥੇ ਨੰਬਰ ਲਿਖ ਦਿਓ ਆ ਲਓ ਫਿਰ ਚੰਗਾ ਆਇਆ ਸਾਲੇ ਨਾਲ ਨਹੀਂ ਆਇਆ ਐਵੇਂ ਹੀ ਕੰਮ ਖਰਾਬ ਕਰ ਦੇਣਾ ਸੀ ਉਹਨਾਂ ਨੇ ਹਾਂਜੀ ਯਾਰ ਪ੍ਰਭ ਆਪਾਂ ਨੂੰ ਫੀਸ ਦਾ ਛੇਤੀ ਤੋਂ ਛੇਤੀ ਹੱਲ ਕਰਨਾ ਪੈਣਾ ਹਾਂ ਯਾਰ ਬਾਈ ਜਿੰਨੀ ਜਲਦੀ ਹੋ ਜਾਏ ਉਨੇ ਜ਼ਿਆਦਾ ਵਧੀਆ ਆ ਯਾਰ ਮੈਂ ਤਾਂ ਘਰੋਂ ਵੀ ਨਹੀਂ ਮੰਗਾ ਸਕਦਾ ਇੱਕ ਵਾਰ ਤਾਂ ਘਰਦੇ ਨੇ ਮਸੀਂ ਫੜ ਤੁੜ ਕੇ ਭੇਜੇ ਯਾਰ ਮਿਡਲ ਕਲਾਸ ਫੈਮਿਲੀ ਦੇ ਵਿੱਚ 15-16 ਲੱਖ ਕਿੱਥੇ ਘਰੇ ਪਿਆ ਹੁੰਦਾ ਤੈਨੂੰ ਪਤਾ ਸਾਰੇ ਫੜ ਤੁੜ ਕੇ ਆਉਂਦੇ ਆ ਫੀਸ ਤਾਂ ਮੈਂ ਵੀ ਨਹੀਂ ਮੰਗਾ ਸਕਦਾ ਯਾਰ ਘਰੋਂ ਬਸ ਇੱਕ ਵਾਰ ਪੈਰ ਲੱਗ ਜਾਣਾ ਆਪਣੇ ਇੱਥੇ ਉਹ ਤੋਂ ਬਾਅਦ ਸਾਰਾ ਸੈੱਟ ਕਰ ਦਾਂਗੇ ਓਏ ਅਮਨ ਉਹ ਦੇਖੀ ਉਹ ਗਗਨ ਨਹੀਂ ਖੜੀ ਹੋਈ ਲੱਗਦੀ ਤਾਂ ਉਹੀ ਆ ਹਨਾ ਓਏ ਕਿਹਦੇ ਨਾਲ ਖੜੀ ਹੋਈ ਹੁਣ ਕੋਈ ਨਵਾਂ ਜਿਹਾ ਹੀ ਲੱਗਦਾ ਮੈਨੂੰ ਤਾਂ ਇੱਕ ਤਾਂ ਯਾਰ ਆਪਣੀ ਜਨਤਾ ਦਾ ਨਾ ਬਾਲਾ ਔਖਾ ਆ ਕੁੜੀ ਵੇਖ ਲੈਣਾ ਵੇਖ ਹੀ ਜਾਂਦੇ ਆ ਜਮਾਂ ਤੇਰਾ ਨੰਬਰ ਮੈਨੂੰ ਕੱਟਿਆ ਲੱਗਦਾ ਬਰੋ ਐਂ ਤਾਂ ਨਹੀਂ ਕੱਟਣ ਦਿੰਦਾ ਮੈਂ ਨੰਬਰ ਉਹ ਨਵੇਂ ਜਿਹੇ ਨਾਲ ਤਾਂ ਤੂੰ ਕਿੱਥੇ ਚੱਲਿਆ ਹੁਣ ਆਇਆ ਮੈਂ ਚੰਗਾ ਨਹੀਂ ਲੱਗਦਾ ਤੂੰ ਕਹੇਂਗਾ ਕੀ ਉਹਨੂੰ ਤੇਰਾ ਨਾਲ ਮੇਰਾ ਨਾਂ ਕਿੱਥੇ ਲੈ ਦੇਂਗਾ ਕੋਈ ਨਾ ਆਇਆ ਮੈਂ ਉਹ ਯਾਰ ਹੀ ਨੇ ਆਪਣੀ ਆਸ਼ਕੀ ਦੇ ਚੱਕਰ 'ਚ ਮੇਰਾ ਕਾਂਡ ਕਰਾ ਦੇਣਾ ਪਤਾ ਨਹੀਂ ਕੀ ਕਿਹਾ ਮੇਰੇ ਬਾਰੇ ਆਹ ਤਾਂ ਗੁੱਸੇ ਜਿਹੇ ਤੁਰੀ ਆਉਂਦੀ ਆ ਹੁਣ ਮੈਂ ਕੀ ਜਵਾਬ ਦਊਂ ਇਹਨੂੰ ਕੀ ਆ ਇਹ ਸਭ ਕੀ ਆ ਇਹ ਸਭ ਤੁਹਾਡਾ ਉੱਥੇ ਵੀ ਆਈ ਹਾਲ ਸੀ ਤੇ ਇੱਥੇ ਵੀ ਆਈ ਹਾਲ ਹੈ ਤੁਹਾਡੇ ਲੋਕਾਂ ਕਰਕੇ ਸਾਡੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ ਯਾਰ ਪਰ ਮੈਂ ਤਾਂ ਕੁਛ ਕਿਹਾ ਨਹੀਂ ਪਰ ਕੀ ਮੈਨੂੰ ਪ੍ਰਭ ਨੇ ਸਭ ਦੱਸਦਾ ਓਏ ਪ੍ਰਭ ਓ ਯਾਰ ਕੀ ਕਿਹਾ ਤੂੰ ਇਹਨਾਂ ਨੂੰ ਮੈਂ ਕੁਛ ਨਹੀਂ ਕਿਹਾ ਯਾਰ ਚੱਲ ਕੋਈ ਨਾ ਚਲੋ ਚੱਲਦੇ ਆ ਫਿਰ ਠੀਕ ਹੈ ਆਜੂਗਾ ਚੱਲੀਏ ਫਿਰ ਚਲੋ ਕੋਈ ਨੀ ਹੈਲੋ ਮਨਮੀਤ ਹਾਏ ਕਿਵੇਂ ਹੋ ਵਧੀਆ ਵਧੀਆ ਐਕਚੁਅਲੀ ਮੈਂ ਪੁੱਛਣਾ ਸੀ 3 ਨੰਬਰ ਦਾ ਰੂਟ ਇੱਧਰ ਹੀ ਹੈ ਹਾਂਜੀ ਹਾਂਜੀ ਇੱਧਰ ਹੀ ਹੈ ਓਕੇ ਚਲੋ ਮੈਂ ਇੱਕ ਵਾਰ ਨਾਰਥ ਐਂਡ ਸਾਊਥ ਚੈੱਕ ਕਰ ਲਾਂ ਬਿਕਾਜ਼ ਇਹਦੀ ਬਹੁਤ ਪ੍ਰੋਬਲਮ ਆ ਹਾਂ ਕਾਫੀ ਕਨਫਿਊਜ਼ਨ ਹੋ ਜਾਂਦੀ ਹੈ ਯਾ ਬਿਕਾਜ਼ ਕੱਲ ਵੀ ਕੀ ਹੋਇਆ ਮੈਂ ਇੱਧਰਲੀ ਸਾਈਡ ਬੱਸ ਦੀ ਵੇਟ ਕਰ ਰਹੀ ਸੀ ਤਾਂ ਬਸ ਉੱਧਰ ਦੀ ਕ੍ਰੋਸ ਕਰ ਗਈ ਸੋ ਮੈਂ ਉੱਧਰ ਗਈ ਤਾਂ ਬਸ ਇੱਧਰ ਦੀ ਨਿਕਲ ਗਈ ਮੇਰੀਆਂ ਦੋਨੋਂ ਬੱਸਿਸ ਮਿਸ ਹੋ ਗਈਆਂ ਮੈਂ ਵੀ ਨਾ ਕੱਲ੍ਹ ਕੰਮ ਤੋਂ ਪਹਿਲੇ ਦਿਨ ਆਈ ਅਤੇ ਹਨੇਰਾ ਹੋ ਗਿਆ ਮੇਰੀ ਬੱਸ ਵੀ ਮਿਸ ਹੋ ਗਈ ਉਹ ਮੇਰਾ ਫੋਨ ਵੀ ਬੰਦ ਹੋ ਗਿਆ ਕਾਫੀ ਘਬਰਾ ਗਈ ਸੀ ਫਿਰ ਕੱਲ੍ਹ ਕਰਕੇ ਕਿਵੇਂ ਗਏ ਫਿਰ ਮੇਰੀ ਕਿਸੇ ਨੇ ਹੈਲਪ ਕਰਤੀ ਸੀ ਓਕੇ ਚਲੋ ਆਪਾਂ ਵੀ ਜਲਦੀ ਜਲਦੀ ਚੱਲੇ ਵੀ ਆ ਬੱਸ ਵੀ ਮਿਸ ਹੋ ਜਾਏਗੀ ਆਹ ਬੱਸ ਵਾਲਿਆਂ ਦਾ ਵੀ ਔਖਾ ਹੀ ਹੈ ਆਹ ਦੇਖ ਮਿੱਤਰਾ ਗੱਡੀ ਨਾਲ ਫੋਟੋ ਕਿੰਨੀ ਕਹਿਵਾਉਂਦੀ ਹੈ ਹਨਾ ਹਾਂ ਯਾਰ ਹੋਰ ਬਾਈ ਜੀ ਕੀ ਹਾਲ ਚਾਲ ਉਹ ਆ ਵੀ ਮੁੰਡਿਆ ਕੀ ਹਾਲ ਹੈ ਤੇਰੇ ਉਹ ਕੀ ਹਾਲ ਨੇ ਵਧੀਆ ਵਧੀਆ ਬਾਈ ਕਿੱਧਰੋਂ ਆ ਰਿਹਾ ਮੈਂ ਯਾਰ ਕਲਾਸ ਹੀ ਉਧਰੋਂ ਆਇਆ ਬਾਈ ਰਹਿਣਾ ਕਿੱਥੇ ਆ ਤੂੰ ਮੈਂ ਇੱਧਰ ਬਾਈ ਮੇਫੀਲਡ ਤੇ ਕੰਟਰੀ ਸਾਈਡ ਵਾਲ ਯਾਰ ਉਹ ਤਾਂ ਬਹੁਤ ਦੂਰ ਹੈ ਉਹ ਹਾਂ ਯਾਰ ਬਾਈ ਦੂਰ ਤਾਂ ਹੈਗਾ ਆਉਣ ਜਾਣ ਕਿਵੇਂ ਕਰਦਾ ਆਪ ਦਾ ਬਾਈ ਆਉਣ ਜਾਣ ਚ ਸੱਚੀ ਤੰਗੀ ਆ ਬਸ ਤੇ ਟਾਈਮ ਲੱਗ ਜਾਂਦਾ ਕਾਫੀ ਸੱਚੀ ਗੱਲ ਹੈ
यार मेरी मन गड्डी ले ला भाई, बिना गड्डी तो बंदा पा जा रे। ओ आहो नाले आड़ी, पिंड वाले नु भी तो पता लगे कि मुंडिया ने गड्डी रखी है। गड्डी तो ठीक है पर यार हले ग्रोसरी ते रेंट दा नहीं रोक हुंदा। कोई ना आजू। यार रेंट दा तू रहना किन्ना नाल? मैं प्रभण नाल। ओही ब्रेड जे बंदे। ओ अच्छा, एक मिनट यार फोन आ गया। हां प्रभ। हां हां मैं आ गया बस। ओ पता नहीं केड़े बंदे ना ना सनी नहीं आगा मेरे नाल। सही गल है। ठीक है भाई मैं चलता यार, मैं जाना है। भाई छड़ देने हैं सी। ओ देख ले छड़ देने हैं। नाले गड्डी च गेड़े मार लेने हैं। कोई ना भाई फिर किसे दिन। अच्छा रोमी गल सुन एक मिनट। हां जी। जेड़े बंदे ना रहना ना यार तू साथ छड़ दे भाई, इन्हां ने तरक्की करनी है कनाडा च। हां हां कोई चक्कर नहीं भाई, ठीक है भाई चलता मैं। साले 2.5 साल लग गए इहनू, इह है मेरी जिंदगी दी असल कमाई। क्या यार उस्ताद है सनी तू तां। तू की करी जांदा है? 3 साल दी कमाई है मेरी ये। मतलब देखता सही तन्नू देखे ते पता लगू। ओ तेरी भैण नू देखिया फिर तेरा भाई। तू 8 वारी आईएलटीएस दा पेपर दित्ता? 8 नहीं 9.5 इक खोगी। अच्छा हां पता नहीं लब्भी नहीं मेनू। देख तेरे भाई ने 3 साल मेहनत कीती है, कनाडा बैठा तेरा भाई। 4.4 4.4 नहीं उधर भी देगा 5.5। भाई तेरा रीडिंग ते जमे तेरा पट्ठा बैठा सी। ओ रीडिंग थोड़ी जी मेरी आकड़ी थी, ओ ध्यान नहीं था मेरा। ओ लास्ट वाले जे देख तेरे भाई दे 6.5 इन स्पीकिंग ब्रो। सिरा 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 देखया गोरी ता होगी उदन खोल कहंदी व्हाट अ गुड एक्सेंट यू हैव। सरैया सनी तू बंदा सरैया देखया उस्ताद है तेरा भाई। चल आ कर मेरी फोटो खिचा दे नाल। तू की दोवे करी जांदे ओए, तू इनु अचीवमेंट्स मानदा? मैनू ओ दिखा रिया अपना ओ स्ट्रगल। बब्बे सिरा 9 वार पेपर साला। चंडीगढ़ तो लेके लुधियाने तक सारे आयल सेंटर कीते हैं, सारे वड्डे वे हैं, सारे जिन्ने भी उथे दे कंसलटेंट दे ना वो कहंदे सनी वाओ वाओ व्हाट अ ब्रिलियंट एक्सेंट है। आ जा खिचा फोटो। चल मेरी फोटो खिची मैं आया। स्माइल थोड़ी जी ले। चल आए भी खिचे तो 9 वारी दे। आए कर विक्ट्री 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 है। ओ प्रावो किथे है रोमी? ਉਹ ਲੱਗਦਾ ਵੀ ਤੂੰ ਨਹੀਂ ਆਏ ਸੀ ਐਮੀ ਹੁਣੀ ਤੇ ਉਹਨਾਂ ਨਾਲ ਲੱਗਦਾ ਮੈਨੂੰ ਗਿਆ ਕਿਤੇ ਘੁੰਮਣ ਫਿਰਨ। ਹੈ ਕਦੋਂ ਗਿਆ? ਬਸ ਹੁਣੇ ਨਿਕਲੇ ਯਾਰ ਤੁਹਾਡੇ ਅੱਗੇ ਅੱਗੇ ਬਸ। ਆ ਖੜਾ ਹੋਰ ਸ਼ਾਹ ਜੀ ਕਿੱਦਾਂ? ਵਧੀਆ ਬਾਈ ਵਧੀਆ ਵਧੀਆ। ਆ ਜਾ ਬਹਿ ਜਾ। ਚਲੋ ਚਲੋ ਚੱਲੀਏ। ਲੈ ਅੱਜ ਫਿਰ ਤੈਨੂੰ ਦਿਖਾ ਕੇ ਲਿਆਉਂਦੇ ਹਾਂ ਅਸਲੀ ਰੰਗ। ਬਈ ਯਾਰ ਉਹ ਗਾਣਾ ਲਾਈ। ਹਾਂ ਦੱਸ ਕਿਹੜਾ ਸੁਣਨਾ? ਕੋਈ ਚੱਕ ਮੈਂ ਲਾ ਰਿਹਾ ਯਾਰ। ਸਵਾਦ ਆ ਗਿਆ ਯਾਰ ਉਦਾਂ। ਬਾਈ ਇੱਕ ਗੱਲ ਦੱਸਾਂ? ਹਾਂ ਹਾਂ ਦੱਸ। ਕੀ ਹੋ ਗਿਆ ਹੁਣ? ਮਾੜੀ ਕਰ ਗਈ ਯਾਰ। ਕੌਣ? ਉਹੀ ਕੌਣ? ਸਿਮਰਨ। ਵਾ ਯਾਰ ਯਾਰ ਮੈਂ ਸਾਈ ਮੈਂ ਭੋਣੀ ਹਲੇ ਨਹੀਂ ਤੇਰੇ। ਉਹੀ ਮਾੜੀ ਕਰ ਗਈ ਯਾਰ। ਚੱਲ ਯਾਰ ਚੱਲੀਏ ਹੁਣ। ਓਏ ਉੱਠੋ ਦੋਵੇਂ, ਤੁਹਾਨੂੰ ਚੀਜ਼ ਵਿਖਾਉਣੀ ਹੈ। ਓਏ ਸਣੀ ਹੈ ਕਿਹੜੀ ਚੀਜ਼? ਉੱਠੋਗੇ ਤੇ ਸਹੀ ਫੇਰ ਹੀ ਵਿਖਾਉਂਗਾ, ਨਾਲੇ ਪ੍ਰਭ ਕਿੱਥੇ ਆ ਉਹਦੀ ਵੀ ਲੋੜ ਆ। ਹੈ ਕੀ ਆ ਇਹ ਤਾਂ ਦੱਸ। ਆਓ ਤੇ ਸਹੀ। ਚੱਲ ਆ ਗਏ। ਚੱਲ ਸਣੀ ਚੱਲੀਏ ਪ੍ਰਭ। ਓ ਆਜੋ ਆਜੋ। ਹਾਂ ਓ ਆਜਾ ਇੱਕ ਮਿੰਟ ਯਾਰ, ਕੁਛ ਕਹਿ ਰਿਹਾ ਇਹ। ਕੀ ਆ ਯਾਰ? ਕੀ ਸਣੀ ਹੈ? ਕੀ ਸੱਪ ਦਿਖਾਉਣਾ ਇਹਨੇ? ਕੀ ਆ ਯਾਰ? ਓ ਆਜੋ ਦੇਖਦੇ ਆ। ਜੈਕਟ ਤੇ ਸ਼ੂਜ਼ ਪਾ ਲਿਓ, ਠੰਡ ਬਹੁਤ ਆ ਬਾਹਰ। ਹਾਂ ਹਾਂ ਪਾ ਲੈਨੇ ਆ। ਸਣੀ ਤੂੰ ਵੀ ਪਾ ਲਾ। ਓ ਆਜੋ ਯਾਰ ਤੋਰਾ, ਓ ਸਿਰਾ ਚੀਜ਼ ਆ ਯਾਰ। ਕਿੱਥੇ? ਦੱਸ ਤਾਂ ਸਹੀ ਕੀ? ਓ ਤੇ ਸਾ ਚੱਲ ਦਿਖਾ ਦੇ, ਮੈਂ ਕਰੀ ਹੋਰ ਨੇ ਕੋਈ ਜੱਪ ਪਵਾ ਦੀ। ਦੱਸ ਦੇ ਕਿੱਥੇ ਜਾਣਾ ਹੁਣ। ਆਜੋ ਆਜੋ ਚੱਲੀ ਜਾਓ, ਥੋੜਾ ਹੀ ਦੂਰ ਆ।
दस दे यार। हाँ की हाँ सोफा वो तो मैंनू भी दिखता ते चक्को पागल है सोफा तो साफ पे है सोफा तो कैंट है यार बात सकार यार पागल है उन्हें होई चोरियां कान लाके साढ़े चार दिन नहीं हुए अपन नू यार रोड़ा ना पास नहीं मैं वो नहीं चाहता यार काम नहीं नहीं सनी वधिया ले जाने अपन यार सोफा साफ है नहीं भाई ਉਹ ਹੈ ਕਿ ਨਾ ਨਾਲੇ ਕੈਮਰੇ ਲੱਗੇ ਹੋਏ ਬਾਈ ਉਹ ਇਹਨਾਂ ਦਾ ਹੀ ਹੋਣਾ ਗਵਾਂਡੀਆਂ ਦਾ ਗਵਾਂਡੀਆਂ ਦਾ ਤੂੰ ਚੱਕ ਮੈਂ ਨਹੀਂ ਚੱਕਦਾ ਯਾਰ ਹੱਦ ਕਰ ਮੈਂ ਉਹ ਨਹੀਂ ਚੱਕਦਾ ਉਹ ਰੋਲਾ ਮਾਮਾ ਤੂੰ ਮਾਮਾ ਚੱਕ ਯਾਰ ਚੱਕ ਲੋ ਫਿਰ ਮੈਂ ਉਹ ਨਹੀਂ ਚੱਕਦਾ ਉਹ ਸਣੀ ਰੋਲਾ ਮਾਮਾ ਯਾਰ ਤੂੰ ਆ ਜਾ ਕੋਈ ਨਾ ਉਹ ਸਣੀ ਕੋਈ ਨਹੀਂ ਚੱਕ ਯਾਰ ਚੱਕੋ ਯਾਰ ਚੰਗਾ ਲੱਗਦਾ ਯਾਰ ਐਵੇਂ ਆਪਾਂ ਕਰਦੇ ਉਹ ਤੂੰ ਟੈਨਸ਼ਨ ਨਾ ਲੈ ਇੱਥੇ ਇਹੀ ਸਿਸਟਮ ਹੁੰਦਾ ਆ ਜਦੋਂ ਕਿਸੇ ਨੂੰ ਨਹੀਂ ਨਾ ਲੋੜ ਉਹ ਆਪਦੇ ਘਰ ਦੇ ਬਾਹਰ ਰੱਖ ਦਿੰਦਾ ਆ ਤੇ ਆਪਾਂ ਕੋਲ ਜਾ ਸਕਨੇ ਆ ਹੁਣ ਅਗਲੇ ਨੂੰ ਨਹੀਂ ਲੋੜ ਉਹਨਾਂ ਨੇ ਰੱਖਤਾ ਬਾਹਰ ਆਪਾਂ ਲੈ ਜਾਂਦੇ ਹਾਂ ਤੂੰ ਹੱਥ ਪਾ ਯਾਰ ਫਟਿਆ ਤਾਂ ਪਿਆ ਏ ਉਹ ਠੀਕ ਆ ਯਾਰ ਚੱਕੋ ਠੀਕ ਹੈ ਚੱਕੋ ਆਪਣਾ ਟਾਈਮ ਪਾਸ ਹੋ ਜਾਣਾ ਚੱਕ 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 ਮੈਂ ਨਹੀਂ ਚੱਕਦਾ ਜੋਗਦਾ ਯਾਰ ਹੱਥ ਪਵਾ ਨਾਲ ਯਾਰ ਚੱਕ ਯਾਰ ਨਹੀਂ ਚੱਕਦਾ ਕਿ ਨਹੀਂ ਉਹ ਛੇਤੀ ਚੱਕ ਲੈ ਕੋਈ ਆ ਨਾ ਜਾਵੇ ਸਾਲੀ ਫੀਲਿੰਗ ਚੋਰ ਵਾਲੀ ਹੀ ਆਉਂਦੀ ਆਹੋ ਆਹੋ ਲੈ ਜਾਓ ਇਹਨੂੰ ਚੱਲ 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 ਪਿੱਛੇ ਚੱਲ ਧਿਆਨ ਨਾ ਧਿਆਨ ਨਾ ਮਾੜਾ ਜਾ ਕਿਉਂ ਮੰਨਦੇ ਜੇ ਫਿਰ ਸਿਰਾ ਚੀਜ਼ ਲੱਭੀ ਕਿ ਨਹੀਂ ਆਹੋ ਆਹੋ ਉਹ ਇੱਧਰ ਫਸ ਗਿਆ ਹੀ ਧਿਆਨ ਨਾ ਧਿਆਨ ਨਾ ਉਹ ਇਹ ਨਹੀਂ ਜਾਣਾ ਬਈ ਬਾਹਰ ਰੱਖੋ ਮੈਂ ਤਾਂ ਕਹਿੰਦਾ ਉਹ ਨਹੀਂ ਨਹੀਂ ਉੱਤੇ ਚੱਕ ਨਿਕਲੇ ਨਿਕਲੇ ਆ ਬਣ ਗਈ ਗੱਲ ਆਉਂਦੋ ਉਹ ਸਨੀ ਕਿੱਥੇ ਮਰ ਗਿਆ ਤੂੰ ਉਹ ਸਨੀ ਯਾਰ ਫਸ ਗਿਆ ਏ ਬਾਬੇ ਉਹ ਸਨੀ ਓਏ ਉਹ ਗਿਆ ਗਿਆ ਉਹ ਛੱਡ ਦੇ ਉਹ ਐਂ ਰੇੜ ਦੋ ਐਂ ਰੇੜ ਦੋ ਛੱਡ ਦੇ ਸ਼ੁਕਰ ਹੈ ਭਰਾਵਾ ਉਹ ਸਣੀ ਕਿੱਥੇ ਆ ਗਿਆ ਮੈਂ ਆ ਬਹਿ ਗਏ ਉਹ ਇਹਨੂੰ ਸੈੱਟ ਕਰਨਾ ਤੂੰ ਬਹਿ ਗਿਆ ਉੱਠ ਯਾਰ ਕੋਈ ਨਾ ਕਰਾਉਣਾ ਤਾਂ ਕੀ ਆ ਤੇ ਚੱਲ ਤੂੰ ਮੈਨੂੰ ਚਾਂਡੀ ਦੇ ਚੱਲ ਬਹਿ ਜਾ ਰਾਜੇ ਵਾਂਗੂ ਹਾਂ ਬਸ ਮਜ਼ਾ ਆ ਗਿਆ ਇਹੋ ਜਿਹੀ ਚੀਜ਼ਾਂ ਆਪਾਂ ਹੋਰ ਲੱਭੋ ਯਾਰ ਥੋੜ੍ਹਾ ਇਹਨੂੰ ਇੱਧਰ ਕਰ ਲਾ ਆਪਣੇ ਕੋਲ ਹੁਣ ਸਪੇਸ ਬਹੁਤ ਹੋ ਗਈ ਸਪੇਸ ਭੈਣ ਨੂੰ ਕੱਲ੍ਹ ਨੂੰ ਇੱਕ ਹੋਰ ਆਉਣਾ ਚਾਹੀਦਾ ਇਹੋ ਜਿਹਾ ਵਾਹੋ ਹਾਏ ਅੱਲਾ ਮਜ਼ਾ ਆ ਗਿਆ ਅੱਛਾ ਪੁੱਤ ਕਿੱਥੇ ਤੂੰ ਘਰੇ ਨਹੀਂ ਮੰਮਾ ਮੈਂ ਹੁਣੇ ਨਾਈਟ ਸ਼ਿਫਟ ਲਗਾ ਕੇ ਆਈ ਸੀ ਤੇ ਮੈਂ ਕਾਲਜ ਚੱਲੀ ਸੀ ਹੁਣ ਅੱਛਾ ਪੁੱਤ ਤੂੰ ਸੋਏਂਗੀ ਕਦੋਂ ਮੰਮਾ ਕੋਈ ਨਹੀਂ 2-3 ਘੰਟੇ ਦੀ ਕਲਾਸ ਹੈ ਬਸ ਉਹ ਲਗਾ ਕੇ ਫਿਰ ਘਰ ਜਾ ਕੇ ਸੋਣਾ ਹੀ ਹੈ ਚੱਲ ਪੁੱਤ ਧਿਆਨ ਰੱਖੀ ਤੇ ਖਾ ਪੀ ਲਈ ਠੀਕ ਹੈ ਮੰਮਾ ਚਲੋ ਮੈਂ ਕਰਦੀ ਹਾਂ ਮੈਂ ਲੇਟ ਹੋ ਰਹੀ ਸੀ ਓਕੇ ਬਾਏ ਓਕੇ ਪੁੱਤ ਧਿਆਨ ਰੱਖ ਸਾਨੂੰ ਜਿਉਂਦੇ ਰਹਿਣ ਦੀ ਖੋਰੇ ਕਿਸ ਸੀਸ ਦਿੱਤੀ ਮਰ ਕੇ ਜਿਉ ਰਹੇ ਹਾਂ ਤਾਂ ਵੀ ਮੋਏ ਨਾ ਮਰਨਾ ਕੋਈ ਹੱਲ ਨਹੀਂ ਅੱਜ ਬੁਰਾਏ ਕੱਲ੍ਹ ਨਹੀਂ ਨਾ ਘੜੀ ਲਮੇਰੀ ਹਨੇਰਿਆਂ ਦੀ ਤੂੰ ਕਰੀ ਉਡੀਕ ਸਵੇਰਿਆਂ ਦੀ ਸਟੂਡੈਂਟ ਪਲੀਜ਼ ਪੇ ਅਟੈਂਸ਼ਨ ਯੈਸ ਆਈ ਐਮ ਓਕੇ ਦੈਨ ਟੈਲ ਮੀ ਵਾਟ ਇਜ਼ ਪ੍ਰੋਜੈਕਟ ਲਾਈਫ ਸਾਈਕਲ The project cycle is the cycle is dead
What is this? Ma'am, it's Sunny. Sunny, what is this behavior? I didn't do anything, ma'am. Stand up, please. Haan ji? Stand up. Oh. Ma'am, he's very talented and he can also dance. Really? Okay, then come here and show your talent to whole class. Are you sure? चल चल आला आगे फिर That's all. Thank you. You're very cute. Aww. वो तो है गई जी मैं. You can go. Thank you जी. हाँ फिर देखिये मानता. सिरा सिरा. Okay, so class is over now. You can have your break time. हाँ जी गगन कितना हो? ਜੀ ਪ੍ਰਭ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਕਿੱਦਾਂ ਲੱਗਿਆ ਕੈਨੇਡਾ ਕੈਨੇਡਾ ਘੈਂਟ ਆ ਵਧੀਆ ਬਸ ਇੰਡੀਆ ਵਾਲੇ ਯਾਰਾਂ ਦੋਸਤਾਂ ਵਾਲੀ ਗੱਲਬਾਤ ਹੀ ਨਹੀਂ ਹੈਗੀ ਯਾਰ ਕਿਉਂ ਕੀ ਹੋ ਗਿਆ ਦੇਖ ਜਦੋਂ ਆਪਾਂ ਇੰਡੀਆ ਹੁੰਦੇ ਸੀ ਹਨਾ ਕੈਂਟੀਨ ਵਗੈਰਾ ਜਾਂਦੇ ਸੀ ਇੱਕ ਬੰਦਾ ਚਾਹ ਪੀਂਦਾ ਹੁੰਦਾ ਸੀ ਨਾ ਉਹ ਚਾਰਾਂ ਜਣਿਆਂ ਵਾਸਤੇ ਲੈਂਦਾ ਪਰ ਇੱਥੇ ਇਕੱਲੇ ਇਕੱਲੇ ਹੀ ਪੀ ਜਾਂਦੇ ਆ ਪ੍ਰਭ ਤੂੰ ਬੈ ਮੈਂ ਤੇਰੇ ਲਈ ਹੁਣੇ ਲੈ ਕੇ ਆਉਂਦਾ ਹਾਂ ਉਹ ਨਹੀਂ ਮੈਂ ਮਜ਼ਾਕ ਕਰਦਾ ਸੀ ਨਹੀਂ ਮੈਂ ਤੇਰੇ ਲਈ ਹੁਣੇ ਲੈ ਕੇ ਉਹ ਨਹੀਂ ਮੈਂ ਵੈਸੇ ਆ ਹੀ ਪੀ ਲੈਣਾ ਫਿਰ ਕੋਈ ਗੱਲ ਨਹੀਂ ਝੂਠੀ ਸੀ ਪਾਗਲ ਤੇ ਫਿਰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਵੀ ਦੱਸ ਹਾਏ ਕੁਝ ਨਹੀਂ ਹੋਣਾ ਕੀ ਆ ਚੱਲ ਭਰਾ ਮੰਨ ਲੈਨੇ ਆ ਕੁਝ ਨਹੀਂ ਹੋਇਆ ਤੂੰ ਕਿੱਧਰ ਮੂੰਹ ਚੱਕਿਆ ਨਾਲੇ ਮੈਂ ਤਾਂ ਪੁੱਛਣਾ ਸੀ ਘਰੇ ਜਾਣਾ ਕਿ ਅੱਜ ਇੱਥੇ ਡੇਰੇ ਚੱਲਦੇ ਆ ਕੋਈ ਨਾ ਨਾਲੇ ਇੱਕ ਕੰਮ ਦਾ ਪਤਾ ਲੱਗਿਆ ਪਰ ਉਹਨੂੰ ਦੋ ਜਣੇ ਚਾਹੀਦੇ ਬਸ ਅੱਛਾ ਤੂੰ ਐਂ ਕਰ ਰੋਮੀ ਨੂੰ ਨਾਲ ਲੈ ਜਾ ਮੈਨੂੰ ਵੀ ਇੱਕ ਦੀ ਕਾਲ ਆਈ ਸੀ ਹਾਂ ਤੇ ਉਹ ਪਰ ਹਜੇ ਉਹਨੇ ਕਨਫਰਮ ਜਾਣ ਨਹੀਂ ਕੀਤਾ ਬਾਕੀ ਦੇਖੋ ਕਰਦਾ ਹੈ ਕਿ ਨਹੀਂ ਓਕੇ 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 ਜੇ ਨਹੀਂ ਕਨਫਰਮ ਹੋਇਆ ਤੇ ਮੈਨੂੰ ਦੱਸ ਦਿਓ ਤੇ ਮੈਂ ਫਿਰ ਆਪਣੇ ਕੰਮ ਤੇ ਗੱਲ ਕਰ ਲਾਂਗੀ ਠੀਕ ਹੈ ਓਕੇ ਚਲੋ ਮੈਂ ਚਲਦੀ ਹਾਂ ਮੇਰੀ ਬੱਸ ਆ ਗਈ ਸੀ ਚੱਲੇ ਹਾਂਜੀ ਓਕੇ ਬਾਏ ਚਲੋ ਠੀਕ ਹੈ ਬਾਏ ਬੜਾ ਸਿਰਾ ਕੰਮ ਕਰਾਈ ਜਾਂਦਾ ਤੂੰ ਕੀ ਤੇਰੀ ਵੇਲਣੇ 'ਚ ਬਾਂਹ ਆਈ ਸੀ ਆ ਕੇ ਬਹਿ ਗਿਆ ਕੋਲ ਬੈਠੇ ਚੰਗੇ ਨਹੀਂ ਲੱਗਦੇ ਅਸੀਂ ਦੋਨੋਂ ਘਰੇ ਤਾਂ ਜਾਣਾ ਸੀ ਕਿ ਇੱਥੇ ਰਹਿਣਾ ਇਹਦੇ ਨਾਲ ਘਰ ਵਸਣ ਦੇ ਦਿਓ ਪਹਿਲਾਂ ਜਾਣਾ ਘਰੇ ਉਹ ਮੈਂ ਤਾਂ ਇਹ ਸੀ ਕਿ ਕੰਮ ਕੁੰਮ ਦਾ ਪੁੱਛ ਲਈਏ ਚੱਲ ਹੁਣ ਪੁੱਛ ਲਈਏ ਇੱਥੇ ਕਿਉਂ ਨੂੰ ਵੇਲਣੇ 'ਚ ਬਾਂਹ ਆ ਗਈ ਤੇਰੀ ਪਤਾ ਨਹੀਂ ਕੀ ਡੰਗਰ ਜਾਊਂ ਗੱਲ ਕਰ ਲਈ ਕੱਲ੍ਹ ਵੀ ਆਉਣੇ ਉਹਨੇ ਉਹਨੇ ਕਿਹੜਾ ਇੱਕ ਦਿਨ ਆਉਣਾ ਆ ਜਾ ਤੂੰ ਚੱਲੀਏ ਆਪਾਂ ਓਏ ਆ ਜਾ ਸਾਰਾ ਕੰਮ ਖਰਾਬ ਕਰਤਾ ਸਨੀ ਕਿੱਥੇ ਹੈ ਮੈਨੂੰ ਕੀ ਪਤਾ हेलो जी हेलो एक प्लेट क्रंची मोमोज कर दीजिए ओके जी एक मलाई चाप ओके जी और एक मसाला ओके जी योर नेम जी प्रियंका ओके जी ठीक है तुसी वेट कर लो होर गगन किवें चल रहा सब कुछ बस यार वधिया पता ही है कल मैं राती नाइट शिफ्ट ते सी फिर कॉलेज चली गई फिर हुन फिर शिफ्ट ते आ गई वीकेंड है यार एक्सटेंड कर दिया उन्होंने ओ ओके ओके अच्छा ऑर्डर फड़ा दो मैनू ਆਰਡਰ ਫੋਰ ਸਰਕ ਹੋਰ ਫਿਰ ਪ੍ਰਭ ਦਾ ਕੀ ਹਾਲ ਆ ਪ੍ਰਭ ਵਧੀਆ ਯਾਰ ਉਹ ਵੀ ਵੈਸੇ ਕੰਮ ਲੱਭ ਰਿਹਾ ਸੀ ਅੱਛਾ ਪਤਾ ਨਹੀਂ ਉਹਨੂੰ ਮਿਲਿਆ ਹੋਊਗਾ ਕਿ ਨਹੀਂ ਓਕੇ ਓਕੇ ਕੁਛ ਵੀ ਉਹਨੂੰ ਐਕਚੁਅਲੀ ਗਗਨ ਅੰਦਰ ਆਇਆ ਇੱਕ ਮਿੰਟ ਉਹ ਪ੍ਰਭ ਯਾਰ ਕੰਮ ਤਾਂ ਮਿਲ ਗਿਆ ਆ ਯਾਰ ਠੰਡ ਬਹੁਤ ਆ ਇੱਥੇ ਸੱਚੀ ਯਾਰ ਸਾਨੀ ਬਾਹਲੀ ਜ਼ਿਆਦਾ ਠੰਡ ਆ ਯਾਰ ਕੋਈ ਦਿਖਦਾ ਹੀ ਨਹੀਂ ਯਾਰ ਇੱਥੇ ਬਾਈ ਤਾਂ ਕਹਿੰਦਾ ਸੀ ਟਰੱਕਾਂ ਦਾ ਕੰਮ ਆ ਕਿਤੇ ਗਲਤ ਤਾਂ ਨਹੀਂ ਆ ਗਿਆ ਆਪਾਂ ਨਹੀਂ ਨਹੀਂ ਗੱਡੀ ਤਾਂ ਖੜੀ ਆ ਯਾਰ ਇੱਥੇ ਬੰਦਾ ਤਾਂ ਦਿਖ ਨਹੀਂ ਰਿਹਾ ਕੋਈ ਹੈ ਨਹੀਂ ਕੋਈ ਇੱਥੇ ਪਤਾ ਨਹੀਂ ਕਿੱਥੇ ਆ ਯਾਰ ਬਾਈ ਆ ਲੱਗਦਾ ਵਾ ਆਹੀ ਬਾਈ ਚਲ ਇਹਨੂੰ ਪੁੱਛਦੇ ਆ ਪੁੱਛੀਏ ਚਲ ਚੱਲਦੇ ਆ ਚੱਲ ਆਜਾ ਆਜਾ
खोलो एक जना इन खोल अभी खोलना भाजी आ भी खोल लो आ मैट अपने सारे सीरियल वाइज लगे सारे टोटली ए ठीक है तुसी सीरियल नंबर देख लेना आ अपनी हैगी शीट ਇਹਦੇ 'ਤੇ ਦੇਖ ਲੈਣੇ ਸੀਰੀਅਲ ਵਾਲੇ ਸਾਰੇ ਚੈੱਕ ਕਰਕੇ ਤਾਂ ਲਾ ਦੇਣੇ ਬਾਲਾ ਕੰਮ ਤਾਂ ਹੈ ਨਹੀਂ ਆਪਣੇ ਕੋਲ ਜਿਨ ਛੇਤੀ ਕਰ ਸਕਦੇ ਕਰ ਲਿਓ ਠੀਕ ਆ ਠੀਕ ਹੈ ਵੀਰੇ ਅਤੇ ਆਹ ਸੇਫਟੀ ਵੈਸਟ ਚੇਤੇ ਨਾਲ ਪਾ ਲਿਓ ਇੱਥੇ ਹਾਂਜੀ ਹਾਂਜੀ ਕੋਈ ਕਰਨਾ ਯਾਰ ਠੰਡ ਬੜੀ ਆ ਇੱਥੇ ਆਏ ਕਰ ਆ ਇੱਕ ਸ਼ੀਟ ਤੂੰ ਫੜ ਬਾਕੀ ਮੈਂ ਦੇਖਦਾ ਚੱਲ ਉਧਰ ਨੂੰ ਚੱਲ ਓ ਯਾਰ ਸਣੀ ਉਪਰ ਆ ਯਾਰ ਤੇਰੇ ਨਾਲ ਕਿੱਥੇ ਲੱਗ ਗਿਆ ਇਹਦੇ ਨਾਲ ਤਾਂ ਮੈਂ ਮੰਨਣ ਲੱਗ ਜਾਂਦਾ ਘੱਟੋ ਘੱਟ ਅੰਦਰ ਤਾਂ ਰਹਿੰਦਾ ਆਪਾਂ ਨਾ ਬਾਈ ਨੇ ਉਹ ਪੁੱਛਿਆ ਕਿ ਇਹਦੀ ਲਾਈਟ ਲੂਟ ਕਿਵੇਂ ਜਗਦੀ ਆ ਡਨ लो भी मुंडे आवा अपना काम हाँ जी ठीक है आपां कस्टमर नू घर भी बना के दे दे आ बेसमेंट भी तैयार करके दे दिया ते ड्राइववे भी बना के दे दे ठीक इंडिया का दे कीता कंस्ट्रक्शन दा काम नहीं पाजी इंडिया दा कीता नहीं पाजी उत्थे काम होर साहब दा इत्थे काम होर साहब दा उत्थे तुहानू पता भी कंक्रीट दा सारा काम हुंदा इत्थे तुसी देख लो भी आ सारा लकड़ दा ही काम हुंदा देखो भी मुंडे पे भावें इत्थे फैक्ट्री नालों घट आ पर एक बारी काम सिख गए सारी उम्र दीआं रोटियां ਠੀਕ ਆ ਮੁੰਡਾ ਫਿਰ ਠੀਕ ਹੈ ਜੀ ਇਹ ਕੰਮ ਤੇ ਹਾਂਜੀ ਭਾਜੀ ਸ਼ੂਜ਼ ਤੁਸੀਂ ਸੇਫਟੀ ਪਾ ਕੇ ਰੱਖਣੇ ਆ ਤੇ ਵੈਸਟਾ ਪਾ ਕੇ ਰੱਖਣੀਆਂ ਠੀਕ ਆ ਗਲਵਜ਼ ਉਹ ਪਾਇਆ ਤੇ ਆ ਜਾ ਫਿਰ ਕੰਮ ਤੇ ਲੱਗੀਏ ਚਲੋ ਬਾਈ ਆ ਮੁੰਡਾ ਗਲਵਜ਼ ਆ ਪਹਿਲਾਂ ਇਹ ਤੁਸੀਂ ਪਾ ਕੇ ਰੱਖਣੇ ਆ ਬਸ ਇਹਦੇ ਤੁਸੀਂ ਕੰਮ ਕਰੀ ਚੱਲੇ ਹੋ ਤੇ ਮੈਂ ਆ ਗਿਆ ਥੋੜੇ ਟਾਈਮ 'ਚ ਬਾਲਾ ਕੰਮ ਸੀ ਨਾ ਅੱਜ ਕੰਮ ਬਹੁਤ ਸੀ ਯਾਰ ਯਾਰ ਉਹ ਅਸਾਈਨਮੈਂਟ ਵੀ ਕਰਨੀ 25% ਦੀ ਆ ਉਹ ਯਾਰ ਕਰ ਲਾਂਗੇ ਹੈ ਤਾਂ ਵੈਸੇ ਗਰੁੱਪ ਆ ਦੇਖ ਮਰ ਜਾ ਕਿਹੜੀ 13 ਨੰਬਰ ਕਿ 18 ਨੰਬਰ ਜਾਣਾ ਆਪਾਂ ਯਾਰ ਤੂੰ ਚੱਲ ਮੈਨੂੰ ਕੰਮ ਆ ਥੋੜ੍ਹਾ ਪਲਾਜ਼ੇ 'ਚ ਮੈਂ ਆਉਂਦਾ ਉਹ ਛੇਤੀ ਆ ਜੀ ਗਰੁੱਪ ਅਸਾਈਨਮੈਂਟ ਆ ਕੱਲ੍ਹ ਤੱਕ ਸਬਮਿਟ ਵੀ ਕਰਨੀ ਆਪਾਂ ਚੱਲ ਠੀਕ ਆ ਓਕੇ ਯਾਰ ਅਸਾਈਨਮੈਂਟਾਂ ਦਾ ਵੀ ਜਾਬ ਹੀ ਰਹਿੰਦਾ ਸਾਲਾ ਇੱਕ ਤਾਂ ਸਰ ਨੇ ਤੰਗ ਕੀਤਾ ਪਿਆ ਪਰ ਚੱਲ ਮਨਸਿਆ ਕੋਈ ਨਹੀਂ ਕਰਨਾ ਤਾਂ ਪੈਣਾ ਹੀ ਆ ਚੱਲ ਕੰਮ ਤਾਂ ਮਿਲਿਆ ਦੇਖਾਂ ਯਾਰ ਬੱਸ ਇੱਥੇ ਆਊ ਕਿ ਇੱਧਰ ਮੈਪ ਦਾ ਵੀ ਔਖਾ ਹੀ ਆ ਇੱਥੇ ਉਹ ਆ ਗਈ ਹੈਲੋ ਹੈਲੋ ਹਾਂਜੀ ਐਵੇਂ ਬਾਈ ਕੀ ਹਾਲ ਜੀ ਵਧੀਆ ਵਧੀਆ ਤੂੰ ਸੁਣਾ ਕਿਵੇਂ ਆ ਹੋਰ ਬਾਈ ਕੀ ਕਰਦੇ
यार मैं ते वीर शक्ति वाटर लेना है सीगे। भाई यार एक गल सी यार। हाँ हाँ। भाई मिनू ना एक एजेंसी ने ना 2000 दा चेक दिता सीगा। अच्छा। ते आंदे सी डिपॉजिट कर ली ते 1800 इंट्रा कर दी ते 200 आप रख ली। फिर ते मैं डिपॉजिट करता ते उन्हां नू 1800 इंट्रा करता। हाँ हाँ। ते बाद विच बैंक वाले ने मेरा चेक बाउंस करता पी ओ चेक फ्रॉड आ। अच्छा। मैं 1800 नू इंट्रा करता ते 2000 मेरा बैंक वाले ने भी कट लिया यार। अच्छा यार। ते हुण मैं इत्थे आया आ ना ही ओ बाई दा ऑफिस लभ रिहा यार ते ना ही ओ बाई लभ रिहा किते। ओ यार रोमी ओ तो तेरे पैसे गए यार हुण। भाई यार गल बड़ी वड्डी हो गई यार सारे पैसे चल गए यार। ओए यार एहो जे फ्रॉड इत्थे आम ने भाई इत्थे आई करदे नवे स्टूंटा नाल। भाई बहुत टेंशन है यार बंदा भी नहीं लभ रहा यार मैं ते शदाईयां वांगू घूम रहा इत्थे। ओ चल कोई ना यार भाई हुण टेंशन ना ले यार तू कल नू आ जा आपां मिलदे आ नाले हल कढ़दे आ ना कोई नाले आपदे नाल तेनू ना दसी यार तेनू ही बेवकूफ समझणा उहने फिर। मैं नहीं दसदा यार किसे पर यार। चल कोई ना यार कोई नहीं। चल ठीक है भाई यार ओके 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 भाई। हेलो हाँ जी सर एक्चुअली मैंने जसप्रीत ने थोड़ा नंबर दिता सीगा मैं स्टोर दे बाहर खड़ी सी मैं रेज्यूमे ड्रॉप करना आई सी। हाँ जी बेटे वैकेंसी तो हैगी आ बट साडा पे रेट आ ना जेड़ा वो $10 आ ते देवांगे कैश ते। $10? हाँ बेटे $10 पर ना रोज 10 घंटे दी शिफ्ट भी दे देने आ सी। ओके हाँ जी सर ठीक है ते मैं कल तो ज्वाइन कर सकती हूं। अच्छा तुसी ऐसा करो अंदर जाके ना गुरदीप नु मिल लो ते आज ही ज्वाइन कर लो तुसी उसको दस दूंगा शिफ्ट बारे। ओके ओके थैंक यू सो मच सर। ठीक है जी ओके काम तो मैं कर लेनी हां पर जे करे पता लग गया खर्ची ली जई लाडो तेरी हुण कुट कुट मुठियां ज्यों दी ए सी बेड ते कॉफी पाड़ दी जो हुण दो दो शिफ्ट चेते करियां चेटां रोंदी ते मुस्कोंदी ए सी फोन दे विच जो वड़ी रहिंदी हुण गल्लां करना चाहुंदी ए थापी दे के कहे बापू दे बोली रहिंदी आनी हौसला वधोंदे माए नी मेरे हंजू पूंज दे कई बार कुछ अजिहा पढ़ते हो जो तुहाडे मन ते डूंगी छाप छड़ जांदा है डूंगियां झरीटां ही मार जांदा है। सच कहा किसी ने कि लाजमी नहीं जो दिसे वह हकीकत होवे ते फलसफा इंसानां ते सब तो वध लागू हुंदा है। एक बंदे दा दिल दूजे शब्दां च वह एक धड़कदा संसार ही हुंदा है पता ही नहीं किन्ना कुछ वसिया हुंदा है दे अंदर दिल दरिया समुंदर डूंगे हुंदे है कोई बोल के दसदा है तो कोई लिख के तो कोई तो कोई चुप चपीते अपनी कहानी कह जाता। हाँ कई बार चुप होना भी महीन तलते संवाद का ही रूप होता है। कहानी ने एक बार फिर तो सानू इस तरह के मोड़ पर लिया के खड़ा कर दिता है जिथों ये अंदाजा लगाना मुश्किल है कि अगे की वापरना है जा की वापर सकता है वेखदे हाँ अगली किश्त च। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਡਾ ਐਪੀਸੋਡ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਗੇ ਹੋਰ ਵੀ ਜ਼ਿਆਦਾ ਸਰਪ੍ਰਾਈਜ਼ਸ ਅਤੇ ਵਧੀਆ ਐਪੀਸੋਡ ਆ ਰਹੇ ਨੇ ਮੇਕ ਸ਼ੋਰ ਕਰਿਓ ਕਿ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਮੋਟੀਵੇਟ ਹੋ ਕੇ ਹੋਰ ਵਧੀਆ ਕੰਮ ਕਰੀਏ ਅਤੇ ਮੈਂ ਸਪੈਸ਼ਲ ਥੈਂਕਸ ਕਰਨਾ ਚਾਹੂੰਗੀ SIC ਇਮੀਗ੍ਰੇਸ਼ਨਸ ਦਾ ਜਿਹੜੇ ਕਿ ਸਾਡੇ ਕੋ ਸਪੋਂਸਰ ਨੇ ਥੈਂਕ ਯੂ ਸੋ ਮੱਚ।